ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਲਈ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8420719817। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਗੁਰਪਿਆਰ ਸਿੰਘ, ਭਗਤਪੁਰਾ ਕੋਠੇ ਕਹਿੰਦੇ ਜੀ, ਮੋੜ ਨਾਭੇ ਨਜ਼ਦੀਕ ਆ ਗਏ ਅਤੇ ਜ਼ਿਲ੍ਹਾ ਬਰਨਾਲਾ ਪੈ ਗਿਆ। ਠੀਕ ਆ, ਮੋਬਾਈਲ ਨੰਬਰ ਆਪਣਾ ਜੀ 9780 9925 9780 9925। ਜਿਹੜੇ ਆਪਾਂ ਝੋਟੀ ਦੇਖਦੇ ਪਏ ਆ, ਇਹ ਘਰੇਲੂ ਘਰ ਦੀ ਝੱਟੀ ਆ। ਹਾਂਜੀ ਬਾਈ। ਅਤੇ ਇੱਕ ਸੂਆ ਕਿਹੜਾ ਸੂੰਦੀ ਇਸ ਵਾਰ? ਤੀਜਾ ਸੂਆ ਸੂੰਦੀ। ਅਤੇ ਕਿਹੜੇ ਸਾਨ ਦੀ ਆ ਕੋਈ ਪਤਾ? ਲਕਸ਼ਮੀ ਡੇਰੀ ਸਿਕੰਦਰ ਸਾਨ ਦੀ ਬਾਈ। ਸਿਕੰਦਰ ਸਾਨ ਦੀ ਆਪ ਇਹ ਲਕਸ਼ਮੀ ਡੇਰੀ ਫਾਰਮ ਵਾਲੀ ਦੀ। ਐਚਐਲਡੀ ਵੀ ਤਾਂ ਲੱਗਿਆ ਹੋਈ, ਹੁਣ ਐਚਐਲਡੀ ਵੀ ਤਾਂ ਲੱਗਿਆ ਸੀ ਮੁੰਡੇ ਦੇ। ਅਤੇ ਦੂਜੇ ਸੂਏ ਦੁੱਧ ਕਿੰਨਾ ਕੁ ਚੋਇਆ ਇਹਦਾ? 15 ਮਤਲਬ ਜਿਵੇਂ ਲਾਸੀ ਨੇ ਫਰਮਾਣ ਕਹਿੰਦੇ ਸਿਕੰਦਰ ਕੋਹੀ ਨੂਰ ਸਾਹਨ ਚੰਗੇ, ਉਹਨੇ ਰਿਜ਼ਲਟ ਚੰਗਾ ਅਤੇ ਦਿਖਾਇਆ ਸਰ ਪੂਰਾ ਇਹਨੇ ਆਪਦਾ। ਠੀਕ ਹੈ, ਅਤੇ ਹੁਣ ਦਿਨ ਕਹਿ ਕੇ ਲੈਂਦੇ ਸੂਨ 'ਚ? ਅਜੇ 5-6 ਦਿਨ ਸੂਨ 'ਚ ਬਾਕੀ। ਅਤੇ ਮੁੱਲ ਵਾਲੀ ਕੀ ਰੱਖਿਆ ਇਹਦਾ? ਜਾਇਜ਼ ਹੋਊਗਾ ਧੋਰੀ ਬਾਹਰ ਨੂੰ। ਸੋ ਵੀਰੋ, ਕੱਦ ਕਾਠ ਵਗੈਰਾ ਝੋਟੀਆਂ ਦੇਖ ਸਕਦੇ ਹੋ, ਲਕਸ਼ਮੀ ਡੇਅਰੀ ਫਾਰਮ ਦੇ ਸਿਕੰਦਰ ਸਾਨ ਦੀ ਝੋਟੀ ਆ। ਤੀਸਰਾ ਸੂਆ ਇਸ ਵਾਰ ਸੂੰਦੀ ਆ, ਸੂਨ ਦੇ ਵਿੱਚ ਦਿਨ ਕੁਝ ਬਾਕੀ ਪਿਆ। ਦੂਜੇ ਸੂਏ ਮਾਲਕਾਂ ਨੇ 15 ਲੀਟਰ ਤੋਂ ਬਾਹਰ ਦੁੱਧ ਦਾ ਪਾਇਆ ਹੋਇਆ। ਸੋ ਮਿਲਕਮੇਨ ਵਗੈਰਾ ਦੇਖੋ ਥੱਲੇ ਚੰਗੀ ਆ, ਅਤੇ ਬਾਕੀ ਹਵਾਨੇ ਅਤੇ ਨਾੜਾ ਵਗੈਰਾ ਦੇਖ ਸਕਦੇ, ਸੋਹਣੀਆਂ ਸਾਫ਼ ਸੁਥਰੀਆਂ। ਅਤੇ ਸਿੰਘ ਮੂੰਹ ਮੱਥਾ ਦੇਖੋ, ਬਿਲਕੁਲ ਕਾਲੇ ਰੰਗ ਦੇ ਵਿੱਚ ਆ, ਕੋਈ ਮੱਥੇ ਦੇ ਵਾਲ ਨਹੀਂ, ਵਾਈਟ ਇਹਦੇ, ਅਤੇ ਪਤਲੀ ਬਲੈਕ ਚਮੜੀ ਦੇ ਵਿੱਚ। ਤੀਸਰਾ ਸੂਆ ਸੂਨ ਨੂੰ ਲਗਭਗ 5 ਦਿਨ ਹਫ਼ਤਾ ਖੰਡ ਲੈ ਸਕਦੀ ਆ, ਸੂਨ 'ਚ ਬਾਕੀ ਆ। ਕੀਮਤ ਵੀਰ ਕਹਿੰਦੇ ਇਹਦੀ ਫੋਨ 'ਤੇ ਹੋਊਗੀ, ਬਿਲਕੁਲ ਜਾਇਜ਼ ਹੋਊਗੀ। ਅਤੇ ਸਿੰਘ ਮੂੰਹ ਮੱਥੇ ਬਨਾਵਟ ਦੇਖ ਸਕਦੇ ਹੋ। ਸੋ ਸਿੰਘ ਤੋਂ ਵੀ ਆਪਾਂ ਅੰਦਾਜ਼ਾ ਲਾ ਸਕਦਾ ਲਕਸ਼ਮੀ ਡੇਅਰੀ ਫਾਰਮ ਦੇ ਸਿਕੰਦਰ ਦੀ, ਕਿਉਂਕਿ ਹਰ ਇੱਕ ਤਰ੍ਹਾਂ ਆਪਾਂ ਵੀਡੀਓ ਦੇਖਦੇ ਵੀ ਸਿਕੰਦਰ ਦੀ ਆ, ਅਤੇ ਕੁਝ ਆਪਾਂ ਨੂੰ ਬਾਡੀ ਸਟਰਕਚਰ ਦੇਖ ਕੇ ਵੀ ਅੰਦਾਜ਼ਾ ਆ ਜਾਂਦਾ। ਸੋ ਮੂੰਹ ਮੱਥੇ ਦੀ ਚੰਗੀ ਆ, ਸਾਫ਼ ਸੁਥਰੀ ਆ ਪੂਰੀ। ਹਾਂਜੀ ਵੀਰੇ, ਨਾਮ ਐਡਰੈਸ ਦੱਸੋ ਦੁਬਾਰਾ ਆਪਣਾ। ਪਿੰਡ ਭਗਤਪੁਰਾ ਬਾਈ, ਨੇੜੇ ਪੱਖੋਂ ਪੈਂਚੀ ਆ। ਠੀਕ ਹੈ, ਫੋਨ ਨੰਬਰ ਆਪਣਾ 9780 9925 9925। 9780 9925 9925। ਸੋ ਤੀਸਰਾ ਸੂਆ ਝੋਟੀ ਸੂੰਦੀ ਆ, ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ।